ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਦੀ ਜਿਹੜੀ ਵੀਡੀਓ ਕਮੈਂਟ ਮੈਂ ਤੁਹਾਡੇ ਜਿਹੜੇ ਮੈਂ ਰਿਪਲਾਈ ਕਰ ਦਿੰਦਾ ਹੁੰਦਾ ਕਮੈਂਟ ਜਿੰਨਾ ਕੁ ਮੈਨੂੰ ਨੌਲੇਜ ਆ ਜੀ ਇਸ ਚੀਜ਼ ਬਾਰੇ, ਸੋ ਮੈਂ ਦੱਸੀ ਜਾਂਦਾ ਹੁੰਦਾ। ਅਤੇ ਸਟਾਰਟ ਕਰਦੇ ਹਾਂ ਆਪਾਂ ਜਿਹੜੇ ਕਮੈਂਟ ਆ। ਫਸਟ ਜਿਹੜਾ ਕਮੈਂਟ ਆ ਸਨੀ ਜੰਗਰਾ ਦਾ ਵਾ, ਇਹ ਵੀਰ ਪੁੱਛਦੇ ਆ ਕਿ ਸਾਨੂੰ ਏਜੰਟ ਕਹਿੰਦੇ ਆ ਕਿ ਜਿਹੜੀ ਉਹਨਾਂ ਦੀ ਸੈਲਰੀ ਆ ਉਹਨਾਂ ਦੇ ਘਰ ਜਿਹੜੇ ਇੰਡੀਆ ਦੇ ਅਕਾਊਂਟ ਆ ਉਹਦੇ ਵਿੱਚ ਪਾਵਾਂਗੇ। ਅਤੇ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਯਾਰ ਇੱਦਾਂ ਦਾ ਕੋਈ ਚੱਕਰ ਨਹੀਂ ਹੈਗਾ ਇੱਥੇ, ਸੋ ਇਹ ਯਾਰ ਬਿਲਕੁਲ ਗਲਤ ਗੱਲ ਆ, ਇੱਦਾਂ ਦਾ ਕੁਛ ਨਹੀਂ ਇੱਥੇ ਹੈਗਾ। ਇਹ ਐਵੇਂ ਫੋਰਮੈਲਿਟੀ ਕਰਦੇ ਆ, ਝੂਠ ਬੋਲਦੇ, ਜਾਂ ਇਹਨਾਂ ਨੂੰ ਪਤਾ ਨਹੀਂ ਹੈਗਾ, ਪਤਾ ਨਹੀਂ ਕੀ ਹਿਸਾਬ ਕਿਤਾਬ ਆ। ਇੱਦਾਂ ਦਾ ਕੁਛ ਨਹੀਂ, ਇੱਥੇ ਤੁਹਾਡਾ ਜਿਹੜੀ ਤੁਹਾਡੀ ਕੰਪਨੀ ਉਹ ਤੁਹਾਡਾ ਅਕਾਊਂਟ ਖੁਲਾਊਗੀ, ਠੀਕ ਆ, ਅਕਾਊਂਟ ਖੁਲਾ ਕੇ ਉਹਦੇ ਵਿੱਚ ਤੁਹਾਡੇ ਪੈਸੇ ਪੈਣਗੇ। ਅੱਜ ਤੋਂ 2 ਸਾਲ ਪਹਿਲਾਂ ਵੀ ਇਹ ਜਦੋਂ ਨਵਾਂ ਨਵਾਂ ਇੱਥੇ ਕੰਮ ਸਟਾਰਟ ਹੋਇਆ ਸੀ ਉਦੋਂ ਵੀ ਇਹੀ ਗੱਲ ਕਹਿੰਦੇ ਸੀ ਕਿ ਰੁਮਾਨੀਆ ਵਿੱਚ ਜਦੋਂ ਤੁਸੀਂ ਜਾਓਗੇ ਅਤੇ ਤੁਹਾਡੇ ਜਿਹੜੇ ਪੈਸੇ ਉਹ ਤੁਹਾਨੂੰ ਇੰਡੀਆ ਭੇਜਣਗੇ ਅਤੇ ਬਾਅਦ ਵਿੱਚ ਤੁਹਾਨੂੰ ਥੋੜ੍ਹਾ ਬਹੁਤਾ ਖਰਚਾ ਤੁਹਾਨੂੰ ਇੱਥੇ ਦੇਣਗੇ। ਪਰ ਇੱਦਾਂ ਦਾ ਕੁਛ ਨਹੀਂ ਹੋਇਆ, ਇੱਥੇ ਅਕਾਊਂਟ ਖੁਲਾਉਂਦੀ ਹੈ ਕੰਪਨੀ, ਜੇ ਕੰਪਨੀ ਨਹੀਂ ਵੀ ਖੁਲਾਉਂਦੀ ਬਹੁਤ ਸਾਰੀਆਂ ਬੈਂਕਾਂ ਜਿਹੜੀਆਂ ਜੀਰੋ ਬੈਲੈਂਸ 'ਤੇ ਫ੍ਰੀ ਅਕਾਊਂਟ ਖੋਲਦੀਆਂ ਵਾ। ਉਹਦੇ ਵਿੱਚ ING ਇੱਕ ਬੈਂਕ ਆ, ਉਹ ਆ, 2-4 ਹੋਰ ਬੈਂਕਾਂ ਵਾ। ਜੇ ਮਤਲਬ ਤੁਸੀਂ ਜਾਓਗੇ ਉੱਥੇ ਆਪਣੇ ਡਾਕੂਮੈਂਟ ਲੈ ਕੇ, ਪਾਸਪੋਰਟ, ID, TR ID ਜਦੋਂ ਤੁਹਾਡੀ ਆ ਜਾਂਦੀ ਆ, ਇੱਕ ਅੱਧਾ ਪਰੂਫ ਹੋਰ ਲੈ ਕੇ ਤੁਸੀਂ ਜਾਓ, ਜੀਰੋ ਬੈਲੈਂਸ 'ਤੇ ਉਹ ਤੁਹਾਡਾ ਜਿਹੜਾ ਵਾ ਮਤਲਬ ਅਕਾਊਂਟ ਖੋਲ੍ਹ ਦਿੰਦੇ, ਉਹ 'ਚ ਪੈਸੇ ਪੂਸੇ ਨਾ ਵੀ ਹੋਣ ਤਾਂ ਵੀ ਖੋਲ੍ਹ ਦਿੰਦੇ, ਬਾਅਦ ਤੁਸੀਂ ਪੈਸੇ ਪਵਾ ਸਕਦੇ ਹੈ। ਸੋ ਬਾਕੀ ਕੰਪਨੀ ਵੀ ਖੋਲ੍ਹ ਦਿੰਦੀ ਆ ਅਕਾਊਂਟ, ਜੇ ਨਹੀਂ ਵੀ ਖੋਲ੍ਹਦੀ ਤਾਂ ਉਹ ਬਾਈ ਹੈਂਡ ਦਿੰਦੇ ਆ। ਸੋ ਇੱਦਾਂ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਇਹ ਕੰਪਨੀ ਤੁਹਾਡੇ ਘਰ ਪੈਸੇ ਪਾਊਗੀ ਜਾਂ ਕਿੱਦਾਂ, ਇੱਦਾਂ ਦਾ ਕੋਈ ਚੱਕਰ ਨਹੀਂ ਹੈਗਾ, ਇਹ ਸਭ ਝੂਠ ਆ। ਬਾਕੀ ਇਹ ਨਾਲ ਹੀ ਪੁੱਛਦੇ ਆ ਕਿ ਜੇ ਮਤਲਬ ਇੱਥੇ 2 ਸਾਲ ਆਪਾਂ ਲਾ ਲਈਏ ਉਹ ਤੋਂ ਬਾਅਦ ਆਪਾਂ ਅੱਗੇ ਉੱਗੇ ਜਾ ਸਕਦੇ ਹਾਂ। ਸੋ ਯਾਰ ਅੱਗੇ ਜਾਣ ਦਾ ਤਾਂ ਉਹੀ ਆ, ਜੇ ਕੰਪਨੀ ਵਗੈਰਾ NOC ਜੇ ਤੁਹਾਨੂੰ ਦੇਵੇ, ਵੀਜ਼ਾ ਵਜ਼ਾ ਅਪਲਾਈ ਕਰਨਾ ਪੈਂਦਾ, ਉਹ ਤੋਂ ਬਾਅਦ ਜੇ ਆਪਾਂ ਜਾ ਸਕਦੇ ਹਾਂ। ਅਦਰਵਾਈਜ਼ ਜਿਹੜਾ ਅਨਲੀਗਲ ਵੇ ਆ ਜਾਂ ਉਹ ਆ, ਅਤੇ ਉਹਦੇ ਵਾਸਤੇ ਮੈਂ ਕਿਸੇ ਨੂੰ ਹਾਂ ਨਹੀਂ ਕਹਿੰਦਾ ਹੈਗਾ, ਉਹ ਤੁਸੀਂ ਆਪ ਡਿਸਾਈਡ ਕਰਨਾ। ਪਰ ਜੇ ਤੁਸੀਂ ਸੋਚਦੇ ਹਾਂ 2 ਜਾਂ 3 ਸਾਲ ਲਾ ਕੇ, 2 ਜਾਂ 3 ਸਾਲ ਦਾ ਐਕਸਪੀਰੀਅੰਸ ਲੈ ਕੇ ਤੁਸੀਂ ਬਿਨਾਂ ਵੀਜ਼ੇ ਤੋਂ ਚੱਲ ਜਾਓਗੇ ਅੱਗੇ, ਜੇ ਮਤਲਬ ਰੁਮਾਨੀਆ ਸ਼ਾਨਗੰਜ 'ਚ ਨਹੀਂ ਆਉਂਦਾ ਜਾਂ ਹਜੇ ਨਹੀਂ ਹੈਗਾ ਜਾਂ ਇਨ ਫਿਊਚਰ ਨਹੀਂ ਵੀ ਆਉਂਦਾ, ਆ ਜੂਗਾ ਤਾਂ ਵੱਖਰੀ ਗੱਲ, ਫਿਰ ਹੋਰ ਹਿਸਾਬ ਨਾਲ ਆਪਾਂ ਜਾ ਸਕਦੇ ਹਾਂ, ਹੁਣ ਨਹੀਂ ਹੈਗਾ, ਹੁਣ ਤੁਸੀਂ ਨਹੀਂ ਜਾ ਸਕਦੇ। ਸੋ ਐਕਸਪੀਰੀਅੰਸ ਭਾਵੇਂ 2 ਜਾਂ 3 ਸਾਲ ਦਾ ਲੈਣਾ, ਤੁਹਾਨੂੰ ਵੀਜ਼ਾ ਹੀ ਪੈਣਾ ਵਾ, ਅਤੇ ਫਿਰ ਹੀ ਤੁਸੀਂ ਕਿਸੇ ਕੰਟਰੀ 'ਚ ਜਾ ਸਕਦੇ ਹਾਂ। ਅਤੇ ਭਾਅ ਜੀ ਬੂਟਾ ਲੰਬਸਰ ਇਹਨਾਂ ਦਾ ਨਾਮ ਆ, ਇਹਨਾਂ ਦੀ ID ਦਾ ਨਾਮ, ਇਹ ਕਹਿੰਦੇ ਆ ਵੀ PCC ਤੋਂ ਬਾਅਦ ਕਿੰਨਾ ਟਾਈਮ ਲੱਗਦਾ। ਯਾਰ PCC ਦਾ ਇੱਦਾਂ ਸਿਸਟਮ ਆ, ਹੁਣ PCC ਤੁਸੀਂ ਕਰਾ ਗਿਆ, ਤੁਸੀਂ ਆਪਣੇ ਏਜੰਟ ਨੂੰ ਦੇ ਦਿੱਤੀ ਆ, ਉਹ ਆਪਣੇ ਆਫਿਸ ਵਿੱਚ ਰੱਖੀ ਬੈਠਾ ਵਾ, ਠੀਕ ਆ, ਉਹ ਤੋਂ ਆਪਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਆਪਾਂ ਵੀ ਆਪਾਂ ਦੀ ਜਿਹੜੀ PCC ਆ ਉਹ ਜਿਹੜੀ ਰੁਮਾਨੀਆ ਕੰਪਨੀ ਨੂੰ ਜਾਂ ਤੁਹਾਡੀ ਜਿਹੜੀ ਏਜੰਸੀ ਉਹਨੂੰ ਭੇਜ ਦਿੱਤੀ ਆ ਕਿ ਉਹ ਵੀਜ਼ਾ ਤੁਹਾਡਾ ਉਹਨੇ ਸਬਮਿਟ ਕਰ ਦਿੱਤਾ ਵਾ। ਸੋ ਇਹ ਤਾਂ ਹੁਣ ਏਜੰਟ 'ਤੇ ਡਿਪੈਂਡ ਆ ਕਿ ਉਹ ਕਿੰਨੀ ਛੇਤੀ ਤੁਹਾਡੀ PCC 'ਚ ਅੱਗੇ ਭੇਜਦਾ ਵਾ, ਪਰ ਇਹਦਾ ਕੋਈ ਕੋਈ ਆਪਾਂ ਕਿੱਦਾਂ ਚੈੱਕ ਨਹੀਂ ਕਰ ਸਕਦੇ ਇਸ ਚੀਜ਼ ਨੂੰ, ਹੈ ਨਾ, ਕਿ ਤੁਹਾਡੀ PCC ਪਹੁੰਚ ਗਈ ਆ ਕੰਪਨੀ ਵਿੱਚ ਜਾਂ ਕਿੱਦਾਂ। ਇਹ ਤਾਂ ਇਹ ਵੀ ਜੇ ਤਾਂ ਕੰਪਨੀ ਦਾ ਕੰਟੈਕਟ ਜਾਂ ਕੋਈ ਮੇਲ ਵਗੈਰਾ ਹੋਣ, ਉਹ ਵੀ ਕੋਈ ਕੋਈ ਬੰਦਾ ਜਿਹੜਾ ਕੋਈ ਚੈੱਕ ਕਰ ਸਕਦਾ ਵਾ, ਸਾਰੇ ਬੰਦੇ, ਹਰ ਬੰਦਾ ਨਹੀਂ ਕਰ ਸਕਦਾ, ਠੀਕ ਹੈ ਜੀ। ਸੋ ਇਹ ਤਾਂ ਤੁਹਾਡੇ ਏਜੰਟ 'ਤੇ ਡਿਪੈਂਡ ਆ ਕਿ ਕਦੋਂ ਤੁਹਾਡੀ ਜਿਹੜੀ PCC ਆ ਜਾਂ ਤੁਹਾਡੇ ਡਾਕੂਮੈਂਟ ਕਦੋਂ ਅੱਗੇ ਏਜੰਸੀ ਨੂੰ ਜਾਂ ਤੁਹਾਡੀ ਕੰਪਨੀ ਨੂੰ ਭੇਜਦਾ ਵਾ। ਅਤੇ ਪਾਕਿਸਤਾਨ ਤੋਂ ਆਪਣੇ ਭਾਅ ਜੀ ਨੇ ਕਾਸ਼ੀ ਬੱਟ, ਇਹ ਕਹਿੰਦੇ ਆ ਕਿ ਜਿਹੜਾ ਵਰਕ ਪਰਮਿਟ ਆਉਂਦਾ, ਜਿਹੜਾ ਮੂੰਕਾ ਪੇਪਰ ਹੁੰਦਾ, ਹੈ ਨਾ, ਜਿਹੜਾ ਰੁਮਾਨੀਆ ਤੋਂ ਜਿਹੜਾ ਜਾਂਦਾ ਉੱਥੇ, ਅਤੇ ਉਹਨੂੰ ਆਪਾਂ ਕਿੱਦਾਂ ਚੈੱਕ ਕਰ ਸਕਦੇ ਹਾਂ। ਉਹਦੇ 'ਤੇ ਇੱਕ ਤਾਂ ਕੰਪਨੀ ਦਾ ਨਾਮ ਹੁੰਦਾ ਵਾ, ਠੀਕ ਆ, ਉਹ ਤੋਂ ਪਹਿਲਾਂ ਜਿਹੜਾ ਤੁਹਾਨੂੰ ਐਗਰੀਮੈਂਟ ਜਾਂ ਆਫਰ ਲੈਟਰ ਮਿਲਿਆ ਹੁੰਦਾ ਉੱਤੇ ਉਸ ਕੰਪਨੀ ਦਾ ਨਾਮ, ਮੇਲ ਅਤੇ ਉਹਦਾ ਕੰਟੈਕਟ ਨੰਬਰ ਹੁੰਦਾ ਵਾ, ਅਤੇ ਤੁਸੀਂ ਉਹਨੂੰ ਉੱਥੇ ਮੇਲ ਕਰ ਸਕਦੇ ਹਾਂ ਉਹਦੀ ਜਿਹੜੀ ਕਾਪੀ ਉਹਨਾਂ ਨੂੰ ਸੈਂਡ ਕਰਕੇ ਤੁਹਾਡੇ ਮੂੰਕਾ ਪੇਪਰ ਦੀ, ਉਹ ਤੋਂ ਵੀ ਪਤਾ ਲੱਗ ਜਾਂਦਾ ਵਾ ਵੀ ਇਹ ਸਹੀ ਆ ਜਾਂ ਨਹੀਂ ਸਹੀ, ਤੁਸੀਂ ਪੁੱਛ ਸਕਦੇ ਹਾਂ ਕੰਪਨੀ ਨੂੰ, ਜਾਂ ਫਿਰ ਤੁਸੀਂ ਜਿਹੜਾ ਆਫਰ ਲੈਟਰ ਉੱਤੇ ਨੰਬਰ ਵੀ ਹੁੰਦਾ, ਤੁਸੀਂ ਕੰਟੈਕਟ ਕਰਕੇ ਪੁੱਛ ਸਕਦੇ ਹਾਂ ਕੰਪਨੀ ਦੇ ਵਿੱਚ ਫੋਨ ਕਰਕੇ। ਸੋ ਇੱਦਾਂ ਦੇ ਹੀ ਹੈਗੇ ਆ ਜਿਹੜੇ ਤਰੀਕੇ ਆ, 1-2 ਜਿਹਨਾਂ ਜਿੱਦਾਂ ਆਪਾਂ ਪਤਾ ਕਰ ਸਕਦੇ ਹਾਂ ਜਿਹੜਾ ਤੁਹਾਡਾ ਮੂੰਕਾ ਪੇਪਰ ਸਹੀ ਆ ਜਾਂ ਗਲਤ, ਹਨ ਜ਼ਿਆਦਾਤਰ ਇਹੀ ਆ। ਬਾਕੀ ਮੂੰਕਾ ਪੇਪਰ ਇੱਕੋ ਤਰ੍ਹਾਂ ਦਾ ਹੁੰਦਾ, ਉਹ ਥੱਲੇ ਮੋਹਰ ਲੱਗੀ ਹੁੰਦੀ ਆ ਕੰਪਨੀ ਦੀ, ਨਾਂ ਵਗੈਰਾ ਸਾਰਾ ਕੁਝ, ਸ਼ਹਿਰ ਸ਼ੂਰ ਸਾਰਾ ਕੁਝ ਹੁੰਦਾ ਵਾ, ਐਕਸਪਾਇਰੀ ਡੇਟ ਹੁੰਦੀ, ਇਸ਼ੂ ਡੇਟ ਹੁੰਦੀ। ਸੋ ਇੱਦਾਂ ਦਾ ਸਿਸਟਮ ਹੁੰਦਾ ਉੱਤੇ, ਉਹ ਹੁੰਦਾ ਰੁਮਾਨੀਆ ਲੈਂਗੁਏਜ ਵਿੱਚ ਹੁੰਦਾ ਵਾ। ਸੋ ਇਹ 2-3 ਤਰੀਕੇ ਆ ਆਪਾਂ ਪਤਾ ਕਰਨ ਦੇ। ਇਸ ਤੋਂ ਬਾਅਦ ਅੰਕੁਸ਼ ਭਗਤ ਉਹਨਾਂ ਦਾ ਨਾਮ ਆ, ਉਹ ਕਹਿੰਦੇ ਆ ਕਿ ਜੇ ਕਿਸੇ ਨੂੰ ਕੋਈ ਕੰਮ ਨਹੀਂ ਆਉਂਦਾ, ਹੈ ਨਾ, ਅਤੇ ਉਹਨਾਂ ਦੇ ਵੀ ਉਨੇ ਪੈਸੇ ਲੱਗਦੇ ਆ ਰੁਮਾਨੀਆ ਵਾਸਤੇ। ਸੋ ਸਭ ਨੂੰ ਤੁਹਾਨੂੰ ਪਹਿਲਾਂ ਜਿਹੜੀ ਮੈਂ ਤੁਹਾਨੂੰ ਗੱਲ ਦੱਸਦਾ ਕਿ ਜਿਹੜੇ ਆਹ ਰੇਟ ਆ ਨਾ ਜਿਹੜੇ, ਇਹ ਸਾਰੇ ਆਪਾਂ ਅਸੀਂ ਖੁਦ ਵਧਾਏ ਆ, ਜਿੰਨੇ ਵੀ ਆਪਾਂ ਪੰਜਾਬੀ ਆ ਇਸ ਚੀਜ਼ 'ਚ ਪਹਿਲੇ ਨੰਬਰ 'ਤੇ ਆ ਆਪਾਂ। ਮੰਨ ਲਓ ਹੈਲਪਰ ਆ, ਉਹਦਾ ਵੀ 2.5-3 ਲੱਖ ਰੁਪਈਆ, ਕਾਰਪੇਂਟਰ, ਸਟੀਲ ਫਿਕਸਰ, ਕਿਸੇ ਵੀ ਟ੍ਰੇਡ ਵਾਲਾ, ਉਹਦੇ ਵੀ ਇੰਨੇ ਪੈਸੇ ਆ। ਸੋ ਸਾਡੇ ਕੋਲ ਜਾਂ ਤੁਹਾਡੇ ਕੋਲ ਜਿਹੜੇ ਇੱਥੇ ਕੰਮ ਕਰਨ ਆਏ ਆ ਜਾਂ ਆਉਣੇ, ਹੈ ਨਾ, ਸਾਡੇ ਕੋਲ ਸ਼ਾਇਦ ਕੋਈ 10 ਰੁਪਈਏ ਜੁੜਨੇ ਆ, ਨਹੀਂ ਜੁੜਨੇ 2-4 ਸਾਲਾਂ ਵਿੱਚ,
ਪਰ ਏਜੰਟਾਂ ਨੇ ਗੱਡੀਆਂ ਕਾਰਾਂ ਲੈ ਲੈਣੀਆਂ, ਇੰਨਾ ਮੈਨੂੰ ਪਤਾ ਵਾ। ਸੋ ਜੇ ਆਪਾਂ ਪੰਜਾਬ ਤੋਂ ਬਾਹਰ ਹੋ ਕੇ ਦੇਖੀਏ ਨਾ, ਜੇ ਤੁਸੀਂ ਮਹਾਰਾਸ਼ਟਰ ਮੁੰਬਈ ਸਾਈਡ ਜਾਂ ਰਾਜਸਥਾਨ ਸਾਈਡ ਵੱਲ ਜਾਂ ਬਿਹਾਰ ਸਾਈਡ ਵੱਲ ਤੁਸੀਂ ਇਹਨਾਂ ਦੇ ਬੰਦਿਆਂ ਨੂੰ ਜੇ ਤੁਹਾਨੂੰ ਟੱਕਰਨ, ਹੈ ਨਾ, ਇਹਨਾਂ ਦੇ ਵਿੱਚੋਂ ਬਹੁਤ ਬੰਦੇ ਇੱਦਾਂ ਦੇ ਆ ਜਿਹੜੇ 1.5 ਤੋਂ 2 ਲੱਖ ਰੁਪਇਆ ਦੇ ਕੇ ਆਏ ਆ। 1.80 ਚ ਵੀ ਆਏ ਆ ਰੁਮਾਨੀਆ ਦੇ ਵਿੱਚ। ਇਹੀ ਆ ਜੇ ਰੁਮਾਨੀਆ, ਜੇ ਆਪਾਂ ਰੁਮਾਨੀਆ ਨੂੰ, ਜੇ ਆਪਾਂ ਇੰਡੀਆ ਨੂੰ, ਆਪਣੇ ਪੰਜਾਬੀਆਂ ਨੂੰ ਪੁੱਛੀਏ, ਕੋਈ ਕੋਈ ਕਹੂਗਾ ਮੈਂ 2.5 ਦੇ ਗਿਆ, ਕੋਈ ਕਹੂਗਾ 3, ਕੋਈ 3.5, ਯਾਨੀ 2.5 ਤੋਂ ਥੱਲੇ ਕੋਈ ਨਹੀਂ ਆਇਆ। ਕੋਈ ਬੰਦਾ ਹੋਊਗਾ ਜਿਹੜਾ 2.30 ਦੇ ਤੱਕ ਆਇਆ ਹੋਊ। ਸੋ ਇੱਥੇ ਜਿਹੜੇ ਹੁਣ ਵਿੱਚ ਬਹੁਤ ਸਾਰੇ ਬੰਦੇ ਮਿਲਦੇ ਆ, ਉਹ ਕਹਿੰਦੇ ਆ ਕਿ ਯਾਰ ਇਹ ਜਿਹੜਾ ਜਿੰਨਾ ਵੀ ਇਹ ਤੁਸੀਂ ਕੀਤਾ ਵਾ, ਇਹ ਸਾਰਾ ਪੰਜਾਬੀਆਂ ਨੇ ਕੀਤਾ ਵਾ, ਜਿੰਨੇ ਵੀ ਰੇਟ ਚੱਕੇ ਨੇ ਪੰਜਾਬੀਆਂ ਨੇ ਚੱਕਿਆ, ਤੇ ਇਹ ਰੇਟ ਪੰਜਾਬ ਦੇ ਵਿੱਚ ਹੀ ਆ, ਪੰਜਾਬ ਤੋਂ ਬਾਹਰ ਇੰਨਾ ਰੇਟ ਨਹੀਂ ਹੈਗਾ। ਹੁਣ ਆਗਰਾ ਸਾਈਡ 'ਤੇ ਕੋਈ ਆਗਰਾ ਸਾਈਡ ਤੋਂ ਬੰਦੇ ਆਏ ਆ, ਉਹ 1.5-1.7 ਦੇ ਵਿੱਚ ਆਏ ਆ, 1.5 ਲੱਖ ਜਾਂ 1.7 ਦੇ ਵਿੱਚ ਵੀ ਆਏ ਆ ਬੰਦੇ, ਠੀਕ ਆ। ਸੋ ਇੱਦਾਂ ਦੀ ਚੀਜ਼ਾਂ ਵਾ, ਇੰਡੀਆ ਪੰਜਾਬ ਦੇ ਵਿੱਚ ਹੀ ਆ ਜ਼ਿਆਦਾ ਹੈਗੀ ਆ, ਕਿਉਂਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਪਤਾ ਕਿ ਏਜੰਟਾਂ ਨੂੰ ਪਤਾ ਕਿ ਇਹ ਬੇਵਕੂਫ ਹੈਗੇ ਆ, ਇਹਨਾਂ ਨੂੰ ਜਿੰਨੇ ਮਰਜ਼ੀ ਪੈਸੇ ਕਹੋ ਉਨੇ ਦੇਣੇ ਇਹਨਾਂ ਨੇ, ਠੀਕ ਆ। ਹੁਣ ਏਜੰਟ 3 ਲੱਖ 'ਤੇ ਆ ਗਏ ਆ, ਹੁਣ ਇਸ ਟਾਈਮ ਬੰਦੇ 3 ਦੇ ਰਹੇ ਆ, ਭਾਵੇਂ ਜਿੱਥੋਂ ਮਰਜ਼ੀ ਦੇਣ, ਅਗਲੇ ਲੈ ਰਹੇ ਉਹ ਬੰਦੇ ਦੇ ਰਹੇ, ਯਾਨੀ ਕਿ 3 ਲੱਖ ਦਾ ਕੰਮ ਵੀ ਹੈ ਨਹੀਂ, 3.5 ਵੀ ਦੇ ਰਿਹਾ, 4 ਵੀ ਦੇ ਰਿਹਾ। ਹੁਣ ਜੰਮੂ ਸਾਈਡ ਵਾਲੇ 6-6 ਲੱਖ ਰੁਪਇਆ ਦੇ ਕੇ, 5-5 ਲੱਖ ਰੁਪਇਆ ਦੇ ਕੇ ਆ ਰਹੇ ਰੁਮਾਨੀਆ ਦਾ। ਸੋ ਇਹ ਸਾਡੇ 'ਤੇ ਡਿਪੈਂਡ ਆ, ਸਾਡੇ ਕੋਲ, ਯਾਨੀ ਅਸੀਂ ਕਿਸੇ ਨੂੰ, ਕਿਸੇ ਏਜੰਟ ਨੂੰ ਸੰਭਾਲ ਨਹੀਂ ਕਰਦੇ। ਏਜੰਟਾਂ ਨੂੰ ਦੁੱਕੀ ਦਾ ਨਹੀਂ ਪਤਾ, ਜਿਹੜੇ ਪਿੰਡਾਂ ਦੇ ਵਿੱਚ ਏਜੰਟ, ਇਹਨਾਂ ਨੂੰ ਦੁੱਕੀ ਦਾ ਵੀ ਨਹੀਂ ਪਤਾ ਹੈਗਾ ਰੁਮਾਨੀਆ ਬਾਰੇ, ਠੀਕ ਆ। ਪਰ ਫਿਰ ਵੀ ਇਹ ਮੋਟੇ ਪੈਸੇ ਕਮਾ ਰਹੇ, ਮਜ਼ੇ ਕਰ ਰਹੇ ਆ, ਅਗਲਿਆਂ ਦੇ ਨਜ਼ਾਰੇ ਲੱਗੇ ਆ, ਅਤੇ ਅਸੀਂ ਇੱਥੇ ਆ ਕੇ ਸਾਨੂੰ ਕੰਪਨੀ ਚੰਗੀ ਨਹੀਂ ਮਿਲਦੀ, ਤਨਖਾਹ ਨਹੀਂ ਮਿਲਦੀ। ਹੁਣ ਤਕਰੀਬਨ ਡੇਲੀ ਕੋਈ 10 ਤੋਂ 20 ਫੋਨ ਇੱਦਾਂ ਦੇ ਆਉਂਦੇ ਆ, ਜਿਹੜੇ ਕਹਿੰਦੇ ਬਾਈ ਮਹੀਨਾ ਹੋ ਗਿਆ ਆਇਆਂ ਨੂੰ, 2 ਮਹੀਨੇ ਹੋ ਗਏ ਆਇਆਂ ਨੂੰ, ਕੰਪਨੀ ਚੇਂਜ ਕਰਨੀ ਆ, TR ਆ ਕੇ ਕੰਪਨੀ ਚੇਂਜ ਕਰ, ਕੰਪਨੀ ਚੇਂਜ ਦੇ ਹੀ ਆਉਂਦੇ ਆ, ਉਹ ਤਾਂ ਆਉਂਦੇ ਆ, ਕੰਪਨੀਆਂ ਤਨਖਾਹ ਨਹੀਂ ਦਿੰਦੀਆਂ, ਕੰਪਨੀਆਂ ਕੰਮ ਬੋ ਲੈਂਦੀਆਂ। ਸੋ ਇੱਦਾਂ ਦੇ ਜਿਹੜੇ ਮਸਲੇ ਆ, ਸੋ ਇਸ ਕਰਕੇ ਜੇ ਅਸੀਂ ਆਪ ਕੋਸ਼ਿਸ਼ ਕਰੀਏ, ਹੈ ਨਾ, ਥੋੜ੍ਹਾ ਜਿਹਾ ਆਪ ਵੀ ਏਜੰਟਾਂ ਨੂੰ ਸਵਾਲ ਜਵਾਬ ਕਰੀਏ, ਕਿਉਂਕਿ ਅਸੀਂ ਪੈਸੇ ਦੇ ਕੇ ਆਉਣਾ। ਮੈਂ ਉਹੀ ਗੱਲ ਫਿਰ ਤੁਹਾਨੂੰ ਵਾਰ ਵਾਰ ਕਹਿ ਰਿਹਾ ਕਿ ਅਸੀਂ ਪੈਸੇ ਦੇ ਕੇ ਆਉਣਾ, ਠੀਕ ਆ। ਸੋ ਇਸ ਕਰਕੇ ਅਗਲੇ ਨਾਲ ਕੋਰੀ ਕਰਾਰੀ ਗੱਲ ਕਰੀਏ ਤਾਂ ਵਧੀਆ, ਪਰ ਆਪਾਂ ਕਹਿ ਕੇ ਸੁਣ ਕੇ ਨਹੀਂ ਕਰ ਸਕਦੇ ਇਹ ਚੀਜ਼ਾਂ। ਸੋ ਇਹੀ ਪ੍ਰੋਬਲਮ ਕਿ ਇੰਨੇ ਇੰਨੇ ਰੇਟ ਚੜੇ ਵਾ, ਜੇ ਅਸਲ 'ਚ ਪੁੱਛੋ ਕਿ ਇੰਨਾ ਰੇਟ ਨਹੀਂ ਹੈ, ਜੇ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂ ਨਾ, ਤਾਂ ਇਹਦਾ ਕੁਛ ਵੀ ਰੇਟ ਨਹੀਂ ਰੁਮਾਨੀਆ ਦਾ ਜਿਹੜਾ ਅਸਲ ਦੇ ਵਿੱਚ ਆ। ਸੋ ਇਸ ਕਰਕੇ ਬਾਈ ਦੇਣੇ ਬਣੇ ਆ ਤੁਹਾਨੂੰ। ਹੁਣ ਜੇ ਤੁਸੀਂ ਤੁਹਾਡੀ 500 ਤਨਖਾਹ ਲੱਗਣੀ ਹੈ, 550-600 ਲੈਣੇ ਇਹਨਾਂ ਨੇ ਪੈਸੇ ਹੈਗੇ, ਕਿਉਂਕਿ ਤੁਸੀਂ ਪੰਜਾਬ 'ਚ ਰਹਿੰਦੇ ਆ। ਤੁਸੀਂ ਇਹ ਆ ਕਿ ਆਪਾਂ ਕੋਈ ਸਵਾਲ ਜਵਾਬ ਨਹੀਂ ਕਰਨਾ ਸੀ, ਕਹਿਣਾ ਹਾਂ ਚੱਕ ਪੈਸੇ ਅਸੀਂ ਜਾਣਾ। ਅਤੇ ਇੱਕ ਸੁਖਵਿੰਦਰ ਸਿੰਘ ਭਾਜੀ ਆ, ਅਤੇ ਇਹਨਾਂ ਨੇ ਕਿਹਾ ਕਿ ਯਾਰ ਮੈਂ ਪੜ੍ਹਿਆ ਬਹੁਤ ਆ, BCOM ਗ੍ਰੈਜੂਏਸ਼ਨ ਕੀਤੀ ਹੈ, ਅਤੇ ਕੰਪਿਊਟਰ ਦਾ ਵੀ 2 ਸਾਲ ਦਾ ਕੀਤਾ ਕੋਈ ਇਹਨਾਂ ਨੇ ਕੋਰਸ ਕਾਰਸ, ਅਤੇ ਹੋਰ ਵੀ ਕਾਫੀ ਪੜ੍ਹਾਈ ਕੀਤੀ ਆ। ਅਤੇ ਇਹਨਾਂ ਨੇ ਕਿਸੇ ਏਜੰਟ ਦੇ ਵਿਚਾਰਾ ਧੱਕੇ ਚੜ੍ਹ ਗਿਆ ਵਾ, ਅਤੇ ਉਹ ਉਹਨੂੰ ਕਹਿ ਰਿਹਾ ਕਿ ਮੈਂ ਤੈਨੂੰ ਗਾਂਵਾਂ ਵਾਲੇ ਫਾਰਮ ਦੇ ਵਿੱਚ ਲਵਾ ਦਿੰਦਾ ਵਾ 600 ਤਨਖਾਹ। ਅਤੇ ਇਸ ਬਾਈ ਨੂੰ ਯਾਰ ਜਿਹੜੇ ਇੱਦਾਂ ਦੇ ਪੜ੍ਹੇ ਲਿਖੇ ਬੰਦੇ ਆ ਨਾ, ਚਲੋ ਇਹ ਵੀ ਆ, ਚਲੋ ਹੋਰ ਵੀ ਜਿੰਨੇ ਵੀ ਜ਼ਿਆਦਾ ਜਿਹੜੇ ਪੜ੍ਹੇ ਲਿਖੇ ਆ, ਸੋ ਯਾਰ ਥੋੜ੍ਹਾ ਜਿਹਾ ਤੁਸੀਂ ਨਾ ਟਰਾਈ ਕਰੋ ਕਿ ਚੰਗੇ ਕੰਮ ਦੇ ਵਿੱਚ ਆਉਣ ਦੀ ਟਰਾਈ ਕਰੋ, ਜਾਂ ਇੱਥੇ ਨਹੀਂ ਤਾਂ ਜਾਂ ਕਿਸੇ ਹੋਰ ਕੰਟਰੀ ਵਿੱਚ, ਕਿਉਂਕਿ ਗਲਫ ਦੇ ਵਿੱਚ ਵੀ ਪੜ੍ਹਿਆ ਲਿਖਿਆ ਵਾਸਤੇ ਜੇ ਆਪਾਂ ਸੋਚੀਏ ਤਾਂ ਬੜੀਆਂ ਚੰਗੀਆਂ ਨੌਕਰੀਆਂ, ਬੜੇ ਚੰਗੇ ਕੰਮ ਹੈਗੇ ਆ, ਜਿਹਦੇ 'ਚ ਤੁਸੀਂ ਜ਼ਿਆਦਾ ਪੜ੍ਹੇ ਲਿਖੇ ਆ ਨਾ, ਅਤੇ ਵਧੀਆ ਨੌਕਰੀਆਂ, ਵਧੀਆ ਕੰਮ ਹੈਗੇ ਆ, ਚੰਗੇ ਪੈਸੇ ਹੈਗੇ, ਜਾਂ 60,000 ਤਨਖਾਹ ਵਾਲੇ ਵੀ ਕੰਮ ਹੈਗੇ ਆ ਗਲਫ ਦੇ ਵਿੱਚ, ਤੁਸੀਂ ਉਹਨਾਂ ਕਿਸੇ ਕੰਟਰੀ ਵਿੱਚ ਟਰਾਈ ਕਰਦੇ ਹੋ ਤਾਂ। ਕਿਉਂਕਿ ਹੁਣ ਆਪਾਂ ਸਾਰੇ ਸੋਚਦੇ ਹਾਂ ਕਿ ਇੰਡੀਆ ਦੇ ਵਿੱਚ ਉਹ ਗੱਲਾਂ ਨਹੀਂ ਰਹੀਆਂ, ਇੰਡੀਆ ਦੇ ਵਿੱਚ ਹੁਣ ਨਾ ਕੋਈ ਕੰਮ ਆ ਨਾ ਕੋਈ ਕੁਛ ਆ, ਪੜ੍ਹ ਲਿਖ ਕੇ ਸਾਰੇ ਬੇਰੁਜ਼ਗਾਰ ਘੁੰਮ ਰਹੇ ਆ। ਤਕਰੀਬਨ ਸਾਡੇ ਮੇਰੇ ਸਰਕਲ 'ਚ ਵੀ ਹੈਗੇ ਇੱਦਾਂ ਦੇ ਬੱਚੇ ਹੈਗੇ, ਇੱਦਾਂ ਦੇ ਮੇਰੇ ਭੈਣ ਭਰਾ ਹੈਗੇ ਜਿਹੜੇ ਪੜ੍ਹੇ ਲਿਖੇ ਆ ਬਹੁਤ ਜ਼ਿਆਦਾ, ਅਤੇ ਉਹ ਹੁਣ ਬੇਰੁਜ਼ਗਾਰ 10,000, 7,000, 8,000 'ਤੇ ਹੈ ਨਾ ਨੌਕਰੀ ਕਰ ਰਹੇ ਆ। ਸੋ ਇੰਨੇ ਇੰਨੇ 'ਤੇ ਆਪਣਾ ਨਹੀਂ ਗੁਜ਼ਾਰਾ ਹੁੰਦਾ। ਸੋ ਇਸ ਕਰਕੇ ਸਾਰੇ ਮੂਵ ਹੋਣਾ ਚਾਹੁੰਦੇ ਹੈ ਨਾ ਬਾਹਰ, ਕਿ ਅਸੀਂ ਚੰਗੇ ਪੈਸੇ ਕਮਾਈਏ, ਸਾਡੀ ਚੰਗੀ ਲਾਈਫ ਹੋਵੇ, ਇਨ ਫਿਊ ਜਿਹੜਾ ਸਾਡਾ ਫਿਊਚਰ ਵੀ ਵਧੀਆ ਹੋਵੇ। ਪਰ ਥੋੜ੍ਹਾ ਜਿਹਾ ਤੁਸੀਂ ਖੁਦ ਵੀ ਕੋਸ਼ਿਸ਼ ਕਰਕੇ ਦੇਖ ਲਓ ਕਿਸੇ ਕੰਟਰੀ, ਹੋਰ ਕੰਟਰੀ ਦੇ ਵਿੱਚ ਵੀ, ਜਿੱਥੇ ਤੁਹਾਨੂੰ ਚੰਗੇ ਪੈਸੇ ਮਿਲਦੇ ਹੋਣ ਤੁਹਾਡੀ ਜੋਬ ਦੇ, ਤੁਹਾਡੀ ਸਟੱਡੀ ਦੇ, ਜਿਹੜੀ ਜੀ ਤੁਸੀਂ ਪੜ੍ਹਾਈ ਕੀਤੀ ਆ। ਸੋ ਇਹ ਨਾ ਸੋਚੋ ਕਿ ਰੁਮਾਨੀਆ ਵਿੱਚ ਹੀ ਤੁਸੀਂ ਹੈਲਪਰ 'ਚ ਹੀ ਆਉਣਾ ਵਾ, ਕਿ ਇੱਕ ਕੰਟਰੀ ਰੁਮਾਨੀਆ ਰਹਿ ਗਿਆ ਕਿ ਇੱਥੇ ਹੀ ਆਉਣਾ। 600 ਜੇ ਤੁਹਾਨੂੰ ਦੱਸਿਆ ਤਾਂ ਤੁਹਾਨੂੰ 600 ਨਹੀਂ ਮਿਲਣੀ ਹੈਗੀ, 500 ਜਾਂ 550 ਮਿਲੂਗੀ। ਉਹਦੇ ਵਿੱਚ ਵੀ ਗਾਵਾਂ ਦਾ ਜਾਂ ਇੰਡੀਆ ਵਾਲਾ ਹਿਸਾਬ ਨਹੀਂ ਹੈਗਾ, ਇੱਥੇ ਕੰਮਾਂ ਦਾ, ਜੇ ਫੈਕਟਰੀ ਵਾਲਾ ਕੰਮ ਕਹਿੰਦੇ ਆ ਤੁਸੀਂ, ਜਾਂ ਗਾਵਾਂ ਦਾ ਜਿਹੜੇ ਫਾਰਮ ਆ ਇੱਦਾਂ ਦਾ ਕੰਮ, ਇੰਡੀਆ ਵਾਲਾ ਹਿਸਾਬ ਨਹੀਂ ਹੈਗਾ, ਇੱਥੇ ਬਹੁਤ ਟਫ ਆ। ਸੋ ਇਸ ਕਰਕੇ ਟਰਾਈ ਕਰੋ ਕਿ ਤੁਸੀਂ ਪੜ੍ਹੇ ਲਿਖੇ ਆ, ਅਤੇ ਤੁਹਾਨੂੰ ਕੋਸ਼ਿਸ਼ ਕਰੋ ਕਿ ਪੜ੍ਹਿਆ ਲਿਖਿਆ ਵਾਲਾ ਕੰਮ ਮਿਲੇ, ਜਾਂ ਫਿਰ ਤੁਸੀਂ 4 ਪੈਸੇ ਖਰਚ ਸਕਦੇ ਆ ਅਤੇ ਕਿਸੇ ਚੰਗੀ ਕੰਟਰੀ ਵਿੱਚ ਜਾਓ ਜਿੱਥੇ ਪੜ੍ਹਿਆ ਲਿਖਿਆ ਦੀ ਇੱਜ਼ਤ ਆ, ਜਿੱਥੇ ਪੜ੍ਹਿਆ ਲਿਖਿਆ ਦੀ ਕਦਰ ਆ,
ਜਿੱਥੇ ਪੜ੍ਹੇ ਲਿਖਿਆਂ ਦੇ ਕੋਈ ਚੰਗੇ ਪੈਸੇ ਬਣਦੇ ਹੋਣ। ਸੋ ਇਸ ਕਰਕੇ ਟਰਾਈ ਕਰੋ ਜਿਹੜੇ ਪੜ੍ਹੇ ਲਿਖੇ ਆ, ਰਵਾਨੀਆਂ ਦਾ ਨਾ ਸੋਚੋ ਕਿ ਹੈ ਨਾ ਵੀ ਤੁਸੀਂ ਰਵਾਨੀਆਂ ਜਾਵਾਂਗੇ ਅਤੇ ਪਤਾ ਨਹੀਂ ਉੱਥੇ ਕੀ ਆ ਪੜ੍ਹਿਆਂ ਲਿਖਿਆਂ ਵਾਸਤੇ। ਇੱਥੇ ਖੋਤਾ ਘੋੜਾ ਇੱਕ ਬਰਾਬਰ ਆ, ਪੜ੍ਹਿਆਂ ਲਿਖਿਆਂ ਨਾਲੋਂ ਜਿਹੜੇ ਅਨਪੜ੍ਹ ਆ ਉਹਨਾਂ ਦੀ ਜ਼ਿਆਦਾ ਇੱਥੇ ਵੈਲਿਊ ਆ। ਉਹ ਤਾਂ ਵਾ ਉਹਨਾਂ ਨੂੰ ਕੋਈ ਕੰਮ ਆਉਂਦਾ, ਉਹ ਕਾਰੀਗਰ ਆ ਜਾਂ ਗਲਫ ਦੇ ਰਿਟਰਨ ਆ ਜਾਂ ਉੱਦਾਂ ਵਾ ਵੀ ਉਹਨਾਂ ਦੇ ਹੱਥ 'ਚ ਕੋਈ ਹੁਨਰ ਆ। ਠੀਕ ਆ ਜੀ, ਬਾਕੀ ਮੇਰੇ ਸਰਕਲ ਵਿੱਚ ਵੀ ਇੱਦਾਂ ਦੇ ਬੰਦੇ ਹੈਗੇ ਜਿਹੜੇ ਬਹੁਤ ਪੜ੍ਹੇ ਆ, ਜਦੋਂ ਮੈਂ ਉਹਨਾਂ ਨਾਲ ਗੱਲ ਕਰਦਾ ਮੈਂ ਸੋਚਦਾ ਯਾਰ ਇੰਨੇ ਇੰਨੇ ਪੜ੍ਹੇ ਲਿਖੇ ਬੰਦੇ ਅਤੇ ਕੰਮ ਸਾਡੇ ਨਾਲ ਹੀ ਕਰਦੇ ਆ, ਜੋ ਲਿਫਾਫੇ ਅਸੀਂ ਇਕੱਠੇ ਕਰਦੇ ਹਾਂ, ਜੋ ਹੀ ਹਿਲਟੀਆਂ ਅਸੀਂ ਚਲਾਉਂਦੇ ਹਾਂ, ਜੋ ਹੀ ਕੰਕਰੀਟ ਅਸੀਂ ਕਰਦੇ ਹਾਂ, ਜਿੱਦਾਂ ਦੇ ਅਸੀਂ ਕੰਮ ਕਰਦੇ ਉੱਦਾਂ ਦੇ ਉਹ ਕਰਦੇ ਹੁੰਦੇ ਆ। ਸੋ ਇਸ ਕਰਕੇ ਥੋੜ੍ਹੀ ਜਿਹੀ ਟਰਾਈ ਕਰਕੇ ਦੇਖ ਲਓ, ਨਹੀਂ ਬਾਅਦ ਵਿੱਚ ਤਾਂ ਆਪਣੇ ਕੋਲ ਆਪਸ਼ਨ ਹੈ ਹੀ ਆ ਕਿ ਆਪਾਂ ਆਉਣਾ ਆ, ਫਿਰ ਆਪਾਂ ਆਉਣਾ ਹੀ ਆ, ਪਰ ਪਹਿਲੋਂ ਸਟਾਰਟਿੰਗ ਦੇ ਵਿੱਚ ਸਿੱਧਾ ਇਹਨਾਂ ਤੁਸੀਂ ਆਓ, ਥੋੜ੍ਹਾ ਜਿਹਾ ਟਰਾਈ ਕਰਕੇ ਦੇਖ ਲਓ, ਸ਼ਾਇਦ ਕੋਈ ਚੰਗਾ ਕੰਮ ਤੁਹਾਨੂੰ ਮਿਲ ਜੇ ਤੁਹਾਡੀ ਜੋਬ ਦੇ ਤੁਹਾਡੀ ਸਟੱਡੀ ਦੇ ਮੁਤਾਬਕ। ਸੋ ਇਸ ਕਰਕੇ ਥੋੜ੍ਹਾ ਟਰਾਈ ਕਰ ਲਓ। ਜਿੰਨੇ ਵੀ ਮੇਰੇ ਭਰਾ ਪੜ੍ਹੇ ਲਿਖੇ ਆ, ਇਹ ਨਾ ਸੋਚੋ ਕਿ ਬਸ ਰਵਾਨੀਆਂ ਹੀ ਜਾਣਾ ਵਾ, ਚਾਹੇ ਕੋਈ ਵੀ ਕੰਮ ਮਿਲੇ। ਜਿੱਥੇ ਇੰਨਾ ਟਾਈਮ ਤੁਸੀਂ ਰੁਕੇ ਆ, ਥੋੜ੍ਹਾ ਜਿਹਾ ਆਪ ਟਰਾਈ ਕਰਕੇ ਦੇਖ ਲਓਗੇ ਕਿਸੇ ਫੀਲਡ ਵਿੱਚ, ਚੰਗੀ ਵਿੱਚ, ਜਿਹਦੇ ਵਿੱਚ ਸਟੱਡੀ ਵਾਲੇ ਬੰਦੇ ਦੀ ਲੋੜ ਹੋਵੇ, ਹੋ ਸਕਦਾ ਤੁਸੀਂ ਕਾਮਯਾਬ ਹੋ ਜਾਓ। ਸੋ ਇਸ ਕਰਕੇ ਟਰਾਈ ਕਰ ਲਓ। ਸੋਨੀ ਲੋਚਨ ਇਹਨਾਂ ਦਾ ਨਾਮ ਆ, ਇਹ ਕਹਿੰਦੇ ਆ ਵੀ ਮੇਰੀ $450 ਜਿਹੜੀ ਡਾਲਰ ਤਨਖਾਹ ਲੱਗੀ ਆ ਅਤੇ ਉਹ ਕਿੰਨੀ ਮਤਲਬ ਉਹ ਸਹੀ ਆ ਜਾਂ ਕਿੱਦਾਂ। ਅਤੇ ਮੈਂ ਉਹਨਾਂ ਨੂੰ ਕਾਫੀ ਸਮਝਾਇਆ, ਤਕਰੀਬਨ ਕੋਈ 15 to 18 ਜਿਹੜੇ ਉਹਨਾਂ ਨੂੰ ਵੋਇਸ ਮੈਸੇਜ ਕੀਤੇ, ਉਹਨਾਂ ਨੇ ਮੈਨੂੰ ਕੀਤੇ, ਨਹੀਂ ਮੰਨੇ, ਕਹਿੰਦੇ ਨਹੀਂ ਵੀ ਬਸ ਇੱਕ ਵਾਰੀ ਮੇਰਾ TR ਕਾਰਡ ਬਣਨਾ ਚਾਹੀਦਾ ਰਵਾਨੀਆਂ ਦੇ ਵਿੱਚ ਅਤੇ ਬਾਕੀ ਮੈਂ ਆਪੇ ਦੇਖ ਲੂੰਗਾ, ਬਾਕੀ ਮੈਂ ਆਪੇ ਕਰ ਲੂੰਗਾ, ਸਿਰਫ ਇੱਕ ਵਾਰੀ ਮੈਂ ਇੱਥੇ ਪਹੁੰਚਣਾ ਚਾਹੀਦਾ ਵਾਂ। ਸੋ 450 ਬਹੁਤ ਘੱਟ ਵਾ, 450 ਜੇ ਸੋਚੀਏ ਨਾ 18 to 1900 ਜਿਹੜਾ ਲੀਓ ਬਣਨਾ ਵਾ ਇੱਥੇ ਦਾ, ਅਤੇ ਜੇ ਸੋਚੀਏ ਤਾਂ ਬਹੁਤ ਘੱਟ ਆ। ਠੀਕ ਆ ਜੀ, ਅਤੇ $600 ਤਨਖਾਹ ਜਾਂ $450 ਅਤੇ ਕਿੱਥੇ $450। ਸੋ ਹੁਣ ਤਾਂ ਇਹ ਕਹਿ ਰਿਹਾ ਕਿ ਨਹੀਂ ਵੀ ਮੈਨੂੰ ਇੰਨੀ ਠੀਕ ਆ, ਮੈਂ ਇੰਨੀ 'ਚ ਹੀ ਸਹੀ ਹਾਂ, ਮੈਂ ਇੰਨੀ 'ਚ ਹੀ ਖੁਸ਼ ਹਾਂ, ਮੈਨੂੰ ਇੰਨੇ ਹੀ ਚਾਹੀਦੇ ਆ ਜਾਂ ਜਿੱਦਾਂ ਵੀ ਆ। ਪਰ ਜੇ ਤੁਸੀਂ ਇੱਥੇ ਆ ਗਏ ਨਾ, ਉਦੋਂ ਤੁਹਾਨੂੰ ਪਤਾ ਲੱਗਣਾ ਵਾ ਕਿ 450 ਦੀ ਕੀ ਵੈਲਿਊ, 450 ਦੀ ਕੋਈ ਵੈਲਿਊ ਨਹੀਂ, 450 ਬਹੁਤ ਘੱਟ ਤਨਖਾਹ ਵਾ। ਠੀਕ ਹੈ, 450 ਕੋਈ ਆਉਂਦਾ ਨਹੀਂ। ਬਾਕੀ ਹੋਰ ਵੀ ਜਿਹੜੇ ਮੇਰੇ ਵੀਰ ਆ ਜਿੰਨੇ ਵੀ ਜੇ ਤੁਹਾਨੂੰ ਏਜੰਟ ਕਹਿੰਦਾ 450 ਜਾਂ ਹੈ ਨਾ ਇੱਦਾਂ 450 ਦਾ ਹੈਲਪਰ ਦੇ ਵਿੱਚ, ਪਲੀਜ਼ ਤੁਸੀਂ ਇਸ ਕੰਮ 'ਚ ਨਾ ਆਓ, $450 ਦੇ ਵਿੱਚ ਤਨਖਾਹ ਦੇ ਵਿੱਚ ਨਾ ਆਓ। $450 ਬਹੁਤ ਘੱਟ ਤਨਖਾਹ ਵਾ, $450 ਦੇ ਨਾਲ ਤੁਹਾਡਾ ਕੋਈ ਗੁਜ਼ਾਰਾ ਨਹੀਂ ਹੋਣਾ ਹੈਗਾ, ਕਿਉਂਕਿ ਜਿੰਨੀਆਂ ਸਾਡੀਆਂ ਲਿਮਟਾਂ ਵਾ, ਜਿੰਨੀ ਸਾਡੀ ਲਿਮਟ ਆ ਨਾ ਪੰਜਾਬੀਆਂ ਦੀ ਖਾਸ ਕਰਕੇ, ਜਾਂ ਜਿੰਨੀ ਸਾਡੀ ਖੁਦ ਦੀ ਭੁੱਖ ਵਾ ਪੈਸੇ ਦੀ, $450 ਵਾਲਾ ਕੋਈ ਮਾਇਨੇ ਨਹੀਂ ਰੱਖਦੀ ਗੱਲ, ਕਿਉਂਕਿ ਸਾਡੇ ਅਸੀਂ ਸੋਚਦੇ ਹਾਂ ਕਿ ਸਾਨੂੰ ਜਾਂਦਿਆਂ ਹੀ 3000 ਲਈ ਜਿਹਨੂੰ ਕਿ ਆਪਾਂ ਕਹਿੰਦੇ $600-$700 ਤਨਖਾਹ ਹੋਵੇ, ਕੰਮ ਕੋਈ ਨਾ ਹੋਵੇ, ਬਸ ਖਲਾਉਣਾ ਬਹਿਣਾ ਤੁਰਨਾ ਫਿਰਨਾ ਬਸ ਇੱਦਾਂ ਦਾ ਹੋਵੇ, ਇਹ ਸਾਡੇ ਦਿਮਾਗ 'ਚ ਹੁੰਦਾ, ਅਤੇ ਰੋਟੀ ਪਾਣੀ ਟੋਪ ਦਾ ਹੋਵੇ, ਰਿਹਾਇਸ਼ ਟੋਪ ਦੀ ਹੋਵੇ, ਸਾਡੇ ਦਿਮਾਗ 'ਚ ਇਹ ਚੀਜ਼ਾਂ ਹੁੰਦੀਆਂ, ਪਰ ਇਹ ਚੀਜ਼ਾਂ ਇੱਥੇ ਮਿਲਦੀਆਂ ਨਹੀਂ ਹੈਗੀਆਂ। ਦੇਖ ਕੇ ਆਓ, ਤਨਖਾਹ ਥੋੜ੍ਹੀ ਜਿਹੀ ਆਪਣੀ ਉਸ ਹਿਸਾਬ ਨਾਲ ਕਹੋ ਏਜੰਟਾਂ ਨੂੰ ਕਿ ਇੰਨੀ ਤਨਖਾਹ ਦੇ ਵਿੱਚ ਕੌਣ ਆਉਂਦਾ, ਬਹੁਤ ਘੱਟ ਤਨਖਾਹ ਵਾ। ਠੀਕ ਆ ਜੀ, ਕਿਉਂਕਿ ਤੁਸੀਂ ਤਾਂ ਪੈਸੇ ਉਨੇ ਹੀ ਦੇਣੇ, 2.5-3 ਲੱਖ ਰੁਪਈਆ, ਫਿਰ ਉਹੀ ਗੱਲ ਆ ਗਈ, 2.5-3 ਲੱਖ ਰੁਪਈਆ ਤੁਸੀਂ ਦੇਣਾ ਵਾ। ਠੀਕ ਆ, ਜਾਂ ਤਾਂ ਹੋਵੇ ਨਾ ਵੀ ਤੁਸੀਂ ਤੁਹਾਡੀ 450 ਤਨਖਾਹ ਵਾ, ਤੁਸੀਂ 1.5 ਲੱਖ ਚਾਹ ਰਹੇ, ਫਿਰ ਤਾਂ ਕੋਈ ਉਹਦੀ ਤੁੱਕ ਬਣਦੀ, ਫਿਰ ਤਾਂ ਕੋਈ ਗੱਲ ਬਣਦੀ ਹੈ ਨਾ ਕਿ ਸਾਡੇ ਕੋਈ ਨਹੀਂ 450 ਤਨਖਾਹ ਵਾ, 1.5 ਲੱਖ ਦੇ ਵਿੱਚ ਜਾ ਰਹੇ, ਪੈਸੇ ਤੁਸੀਂ ਉਨੇ ਹੀ ਦੇਣੇ ਆ, ਪੈਸੇ ਉਹਨਾਂ ਨੇ ਉਨੇ ਹੀ ਲੈਣੇ, ਹੋ ਸਕਦਾ ਤੁਹਾਡੇ ਕੋਲ ਵੱਧ ਲੈਣ, ਅਤੇ ਇੱਥੇ ਆ ਕੇ ਫਿਰ ਤੁਸੀਂ ਖੱਜਲ ਹੋ। ਇਸ ਕਰਕੇ ਚੰਗੀ ਤਨਖਾਹ ਦੇ ਵਿੱਚ ਤੁਸੀਂ ਆਓ ਪਲੀਜ਼, 450 ਵਾਲੀ ਤਨਖਾਹ ਦੇ ਵਿੱਚ ਕੋਈ ਮੇਰਾ ਭਰਾ ਵੀਰ ਨਾ ਆਵੇ, ਕਿਉਂਕਿ 450 ਤਨਖਾਹ ਦੇ ਵਿੱਚ ਇੱਥੇ ਕੋਈ ਕੰਮ ਨਹੀਂ ਕਰਦਾ ਹੈਗਾ, ਬਹੁਤ ਘੱਟ ਤਨਖਾਹ 450 ਜਿਹੜੀ ਡਾਲਰ ਕਹਿੰਦੇ ਆ ਤੁਸੀਂ। ਅਤੇ ਇੱਕ ਭਾਅ ਜੀ ਇਹਨਾਂ ਦਾ ਯਾਰ ਨਾਮ ਬੜਾ ਡਿਫੀਕਲਟ ਜਿਹਾ, ਨਮਿਨਿੰਗਸ ਪਤਾ ਨਹੀਂ ਕਿੱਦਾਂ ਦਾ ਕੁਛ ਨਾਮ ਆ। ਸੋ ਇਹ ਕਹਿੰਦੇ ਕਿ ਇਹ ਕੋਰੀਅਰ ਦਾ ਕੰਮ ਕਰਦੇ ਇੰਡੀਆ ਦੇ ਵਿੱਚ, ਫੈਡੈਕਸ ਕੰਪਨੀ 'ਚ, ਵੀ ਉੱਦਾਂ ਦਾ ਕੋਈ ਕੰਮ ਹੈਗਾ ਇੱਥੇ। ਯਾਰ ਕੋਰੀਅਰ ਦਾ ਇੱਥੇ ਨਾ ਐਡਾ ਕੋਈ ਹੈ ਨਹੀਂ ਆ ਕੋਈ ਕੰਮ, ਨਾ ਹੀ ਮੈਂ ਕੋਈ ਬੰਦਾ ਦੇਖਿਆ ਆਪਣਾ ਵੀ ਕੋਰੀਅਰ ਦੇ ਵਿੱਚ ਇੱਥੇ ਰਵਾਨੀਆਂ ਦੇ ਵਿੱਚ ਕੰਮ ਕਰਦਾ ਹੋਵੇ, ਅਤੇ ਜੇ ਹੋਇਆ ਵੀ ਤਾਂ ਐਡੀ ਕੋਈ ਤਨਖਾਹ ਨਹੀਂ ਮੈਨੂੰ ਲੱਗਦਾ ਇਹਦੀ ਹੋਊਗੀ। ਸੋ ਕੋਰੀਅਰ ਦੇ ਵਿੱਚ ਜ਼ਿਆਦਾਤਰ ਰਵਾਨੀਆਂ ਨਹੀਂ ਮੈਂ ਦੇਖਿਆ, ਜਿੰਨੇ ਵੀ ਇੱਥੇ ਪੋਸਟ ਆਫਿਸ ਆ ਜਾਂ ਫੈਨ ਕੋਰੀਅਰ ਆ, DHL ਆ, ਉਹਦੇ ਵਿੱਚ ਜ਼ਿਆਦਾ ਰਵਾਨੀਆਂ ਨਹੀਂ ਕੰਮ ਕਰਦੇ ਆ। ਜੇ ਇੱਕਾ ਦੁੱਕਾ ਜੇ ਬੰਦਾ ਹੋਇਆ ਤਾਂ ਹੋਊਗਾ, ਪਰ ਇੰਨੀ ਤਨਖਾਹ ਵਾਲਾ ਨਹੀਂ ਲੱਗਦਾ। ਬਾਕੀ ਇੱਥੇ ਜਿਹੜੇ ਕੰਮ ਆ ਜ਼ਿਆਦਾ ਕੰਸਟਰਕਸ਼ਨ ਲਾਈਨ ਦੇ ਜਿਹੜੇ ਕੰਮ ਆ, ਲੇਬਰ ਦੇ ਕੰਮ ਉਹੀ ਜ਼ਿਆਦਾ ਹੁੰਦੇ ਆ ਇੱਥੇ। ਸੋ ਸਟੀਲ ਫਿਕਸਰ, ਕਾਰਪੇਂਟਰ ਹੋ ਗਏ, ਪੇਂਟ ਵਾਲੇ ਜਾਂ ਕੰਸਟਰਕਸ਼ਨ ਨਾਲ ਰਿਲੇਟਡ ਜਿਹੜੇ ਸਾਰੇ ਕੰਮ ਉਹੀ ਆ ਜ਼ਿਆਦਾਤਰ ਇੱਥੇ ਹੁੰਦੇ। ਇਸ ਤੋਂ ਬਾਅਦ ਪੁੱਛਦੇ ਆ ਸ਼ਮਨ ਸੰਧੂ, ਕਹਿੰਦੇ ਵੀ ਕੰਸਟਰਕਸ਼ਨ ਵਿੱਚ ਜਿਹੜਾ ਹੈਲਪਰ ਆ ਉਹਦਾ ਜਿਹੜਾ ਕੰਮ ਈਜ਼ੀ ਹੁੰਦਾ, ਬਹੁਤਾ ਹੈਵੀ ਤਾਂ ਨਹੀਂ ਹੁੰਦਾ? ਯਾਰ ਜੇ ਤਾਂ ਨਾ ਹੀ ਕੰਸਟਰਕਸ਼ਨ ਉਹ ਈਜ਼ੀ ਕਿੱਦਾਂ ਹੋ ਸਕਦਾ? ਇੱਕ ਇਹੀ ਕੰਮ ਹੈ ਜਿਹੜਾ ਸਭ ਨੂੰ ਹਾਰਡ ਆ, ਕੰਸਟਰਕਸ਼ਨ ਦੇ ਵਿੱਚ ਕੁਝ ਈਜ਼ੀ ਨਹੀਂ ਹੈਗਾ। ਸਟੀਲ ਵਾਲੇ ਉਹ ਵੀ ਦੁਖੀ, ਕਾਰਪੇਂਟਰ ਉਹ ਵੀ ਦੁਖੀ, ਪੇਂਟ ਵਾਲੇ ਉਹ ਵੀ ਦੁਖੀ, ਵੈਲਡਰ ਉਹ ਵੀ ਦੁਖੀ, ਸਾਰਿਆਂ ਦਾ ਇਹੀ ਹਾਲ ਆ ਬਈ।
ਕੰਮ ਜ਼ੋਰਦਾਰ ਹੀ ਹੁੰਦਾ ਕੰਸਟਰਕਸ਼ਨ ਦੇ ਵਿੱਚ, ਕੰਮ ਕਰਕੇ ਪੈਸੇ ਮਿਲਦੇ ਆ ਅਤੇ ਹੈਲਪਰ ਨੂੰ ਤਾਂ ਫਿਰ ਸਾਰੇ ਪਾਸੇ ਲਾਈ ਰੱਖਦੇ ਆ। ਠੀਕ ਆ, ਮੈਨੂੰ ਖੁਦ ਨੂੰ ਵੀ, ਮੈਂ ਵੀ ਹੈਲਪਰ ਹੀ ਹਾਂ ਸਮਝ ਲਾ ਤੂੰ, ਸਾਰੇ ਪਾਸੇ ਕਦੀ ਹੈਲਟੀ ਚਲਾਉਣ ਭੇਜ ਦਿੰਦੇ ਆ, ਕਦੀ ਕੰਕਰੀਟ ਕਰਨ ਚੱਲ ਜਾਈਦਾ, ਕਦੀ ਬਿਲਡਰਾਂ ਨਾਲ, ਕਦੀ ਸਟੀਲ ਵਾਲਿਆਂ ਨਾਲ, ਕਦੀ ਕਾਰਪੇਂਟਰਾਂ ਨਾਲ, ਪਤਾ ਨਹੀਂ ਕਿੰਨੇ ਕੁ ਕੰਮ ਕਰ ਲਏ ਆ। ਸੋ ਕੰਸਟਰਕਸ਼ਨ ਦੇ ਵਿੱਚ ਕੋਈ ਕੁਝ ਈਜ਼ੀ ਨਹੀਂ ਹੈਗਾ, ਕੁਝ ਸੌਖਾ ਨਹੀਂ ਹੈਗਾ ਵੀ ਜੇ ਤੁਸੀਂ ਕਹੋ ਵੀ ਕੰਸਟਰਕਸ਼ਨ ਦੇ ਵਿੱਚ ਹੈਲਪਰ ਜਿਹੜਾ ਉਹ ਬਸ ਖੜ੍ਹਾ ਹੀ ਰਹਿੰਦਾ ਵਾ ਨਾ ਕੋਈ ਚੀਜ਼ ਫੜ ਕੇ, ਇੱਦਾਂ ਦਾ ਕੁਛ ਨਹੀਂ ਹੈਗਾ। ਕੰਸਟਰਕਸ਼ਨ ਦੇ ਵਿੱਚ ਸਾਰਾ ਕੁਝ ਔਖਾ, ਕੰਸਟਰਕਸ਼ਨ ਦਾ ਕੰਮ ਕਰਨਾ ਕਿਤੇ ਮਾੜੇ ਮੋਟੇ ਬੰਦੇ ਦਾ ਖੇਲ ਨਹੀਂ ਹੈਗਾ, ਨਾ ਹੀ ਬਹੁਤਾ ਕੋਈ ਬਹੁਤਾ ਬੰਦੇ ਸੋਚ ਕੇ ਨਹੀਂ ਆਉਂਦੇ ਹੈਗੇ ਕੰਸਟਰਕਸ਼ਨ ਦੇ ਵਿੱਚ। ਠੀਕ ਆ, ਕੰਸਟਰਕਸ਼ਨ ਦੇ ਵਿੱਚ ਕੋਈ ਦਿਲ ਵਾਲਾ ਬੰਦਾ ਹੀ ਕੰਮ ਕਰਦਾ ਵੀ ਜਿਹਨੂੰ ਜਿਹੜਾ ਜਾਂ ਪਿੱਛੋਂ ਤੰਗ ਹੋਊਗਾ ਘਰੋਂ, ਜਾਂ ਜਿਹਨੂੰ ਆਪਣੇ ਘਰ ਦੀਆਂ ਮਜਬੂਰੀਆਂ ਦਾ ਪਤਾ ਹੋਊਗਾ ਹੁਣ ਆ ਗਏ ਕਰਨਾ ਹੀ ਪੈਣਾ, ਉਹੀ ਬੰਦਾ ਕੰਸਟਰਕਸ਼ਨ 'ਚ ਆਉਂਦਾ, ਅਦਰਵਾਈਜ਼ ਬੰਦਾ ਛੇਤੀ ਕਿਤੇ ਕੰਸਟਰਕਸ਼ਨ 'ਚ ਨਹੀਂ ਆਉਂਦਾ। ਹੁਣ ਮੈਨੂੰ ਰੋਜ਼ ਫੋਨ ਆਉਂਦੇ ਆ ਜਿਹੜੇ ਮੁੰਡੇ, ਜਿਹੜੇ ਮੁੰਡਿਆਂ ਨੇ ਕੰਮ ਨਹੀਂ ਕੀਤਾ ਉਹ ਕੰਸਟਰਕਸ਼ਨ ਦੇ ਵਿੱਚ ਆਏ ਸੀ, ਹੁਣ ਇੱਥੇ ਆ ਗਏ ਹੈ ਨਾ, ਅਤੇ ਜਦੋਂ ਦੋ ਦੋ ਤਿੰਨ ਤਿੰਨ ਮਹੀਨੇ 'ਚ ਚੀਕਾਂ ਨਿਕਲੀਆਂ, ਫੋਨ ਮੈਸੇਜ ਇੰਸਟਾ 'ਤੇ ਫੇਸਬੁੱਕ 'ਤੇ ਆਉਂਦੇ ਆ, ਬਾਈ ਕੰਮ ਚੇਂਜ ਕਰਨਾ, ਕੰਮ ਚੇਂਜ ਕਰਨਾ, ਦੱਸੋ ਕਿੱਦਾਂ ਹੋਊ ਕੀ ਬਣੂ। ਸੋ ਇੱਦਾਂ ਦੇ ਸਵਾਲ ਆਉਂਦੇ ਆ। ਜੇ ਮੈਂ ਤੁਹਾਨੂੰ ਕੱਢ ਕੇ ਦਿਖਾਉਣਾ ਮੋਬਾਈਲ ਦੇ ਵਿੱਚ, ਕੋਈ ਘੱਟੋ ਘੱਟ 100 ਬੰਦੇ ਦਾ ਇਹੀ ਮੈਸੇਜ ਆਇਆ ਹੋਣਾ ਕਿ ਕੰਸਟਰਕਸ਼ਨ ਦੇ ਕੰਮ 'ਚ ਆ ਗਏ ਹੈ ਵੀ ਕੰਮ ਨਹੀਂ ਹੁੰਦਾ। ਹੁਣ ਮੁੰਡੇ ਉੱਥੇ ਕੀ ਕਰਦੇ, ਕੋਈ ਕੰਮ ਨਹੀਂ ਸਿੱਖਿਆ ਹੈਗਾ। ਠੀਕ ਆ, ਜੇ ਕੁਛ ਸਿੱਖਿਆ ਵਾ ਤਾਂ ਉਹ ਫਿਰ ਜ਼ਿਆਦਾ ਜਾਂ ਡਿਲੀਵਰੀਆਂ ਵਾਲੇ ਹੁੰਦੇ ਜਾਂ ਪੈਕਿੰਗ ਵਾਲੇ, ਬਸ ਆਹੀ ਉਹਨਾਂ ਨੂੰ ਕੰਮ, ਤਿੰਨ ਤਰ੍ਹਾਂ ਦੇ ਬੰਦੇ ਆ ਜਿਹੜੇ ਉਹ ਜਿਹੜੇ ਏਜੰਟਾਂ ਦੇ ਟਿੱਕੇ ਚੜ੍ਹਦੇ ਆ, ਜਿਹਨਾਂ ਨੇ ਕੋਈ ਜਿਹੜੇ ਐਕਸਪੀਰੀਅੰਸ ਵਾਲੇ ਆ, ਜਿਹੜੇ ਗਲਫ ਦਾ ਐਕਸਪੀਰੀਅੰਸ ਜਾਂ ਕਿਸੇ ਕੰਮ ਦਾ ਐਕਸਪੀਰੀਅੰਸ ਆ, ਉਹ ਤਾਂ ਬੰਦੇ ਨਹੀਂ ਮਾਰ ਖਾਂਦੇ। ਹੁਣ ਜਿਹੜੇ ਇੱਕ ਤਾਂ ਆਉਂਦੇ ਵੀ ਹੈਲਪਰ, ਏਜੰਟ ਕਹਿੰਦੇ ਤੈਨੂੰ ਹੈਲਪਰ 'ਚ ਭੇਜ ਦਿੰਦੇ ਆ, ਦੂਜੇ ਨੇ ਕਹਿੰਦੇ ਤੈਨੂੰ ਪੈਕਿੰਗ 'ਚ ਭੇਜ ਦਿੰਦੇ, ਤੀਜੇ ਜਿਹੜੇ ਆ ਉਹ ਜਿਹੜੇ ਵੀ ਡਿਲੀਵਰੀਆਂ ਵਿੱਚ ਜਾਂ ਤੁਹਾਨੂੰ ਖੇਤਾਂ ਦੇ ਐਗਰੀਕਲਚਰ ਦੇ ਕੰਮ 'ਚ ਭੇਜ ਦਿੰਦੇ ਆ। ਜਿਹੜੇ ਤਿੰਨ ਤਰ੍ਹਾਂ ਦੇ ਕੰਮ ਬੰਦੇ ਆ ਇਹ ਆ ਜਾਂਦੇ ਆ ਉੜਕੇ ਉਹਨਾਂ ਦੇ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਕੋਈ ਕੰਮ ਸਿੱਖ ਕੇ ਆਈਏ ਆਪਾਂ। ਅਤੇ ਇਹ ਤੋਂ ਬਾਅਦ 'ਚ ਲਾਸਟ ਜਿਹੜਾ ਵਾ ਉਹ ਨਾ, ਮੇਰਾ ਵੀਰ ਬੜਾ ਤੰਗ ਆ ਮੇਰੇ ਤੋਂ, ਬਹੁਤ ਨੇ ਮੈਨੂੰ ਮੈਸੇਜ ਕੀਤੇ ਕਿ ਤੁਸੀਂ ਮੇਰਾ ਰਿਪਲਾਈ ਕਿਉਂ ਨਹੀਂ ਕਰਦੇ ਹੈਗੇ, ਹੈ ਨਾ। ਮੈਂ ਕਿਹਾ ਚਲੋ ਸਕਰੀਨ 'ਤੇ ਕਰ ਦਿੰਦਾ ਤੁਹਾਡਾ ਰਿਪਲਾਈ। ਸ਼ਿਵਾ ਪ੍ਰੂਥੀ ਇਹਨਾਂ ਦਾ ਨਾਮ ਆ, ਅਤੇ ਇਹਨਾਂ ਨੇ ਅਪਲਾਈ ਕਰ ਦਿੱਤਾ ਨਾ, ਫਰੈਸ਼ਰ ਆਏ ਅਤੇ ਹੈਲਪਰ ਦੇ ਵਿੱਚ ਅਪਲਾਈ ਕਰ ਦਿੱਤਾ। ਹੁਣ ਪਤਾ ਨਹੀਂ ਏਜੰਟ ਨੇ ਇਹਨਾਂ ਨੂੰ ਕੀ ਕਹਿ ਦਿੱਤਾ ਵਾ ਵੀ ਕੀ ਇਹਦਾ ਬਣਾਇਆ ਵਾ, ਇਹਨਾਂ ਨੇ ਭੇਜਿਆ ਆਪਦਾ ਰਿਜ਼ਿਊਮ ਮੈਨੂੰ ਭੇਜ ਦਿੱਤਾ ਕਿ ਆਹ ਚੀਜ਼ਾਂ, ਏਜੰਟ ਨੇ ਇਹਨਾਂ ਨੂੰ ਕੱਖ ਨਹੀਂ ਦਿੱਤਾ, ਪਾਸਪੋਰਟ ਦੀਆਂ ਫੋਟੋ ਕਾਪੀ ਮੈਨੂੰ ਭੇਜ ਦਿੱਤੀਆਂ, ਉਹ ਤਾਂ ਚਲੋ ਮੈਂ ਨਹੀਂ ਸ਼ੇਅਰ ਕਰਦਾ ਹੈ ਨਾ, ਬਾਕੀ ਇਹਨਾਂ ਦਾ ਰਿਜ਼ਿਊਮ ਆ ਕੁਛ ਅਤੇ ਪਰਸਨਲ ਡਿਟੇਲ ਆ, ਉਹਦੇ 'ਚ ਪੁੱਛ ਰਹੇ ਆ, ਲਿਖਿਆ ਵਾ ਕਿ ਤੁਹਾਨੂੰ ਕਿਹੜੀ ਲੈਂਗੁਏਜ ਆਉਂਦੀ ਆ, ਹਿੰਦੀ ਪੰਜਾਬੀ ਅਤੇ ਅੰਗਰੇਜ਼ੀ, ਤਿੰਨ ਤਾਂ ਇਹ ਹੋ ਗਈਆਂ, ਫਿਰ ਤੁਹਾਡੀਆਂ ਹੋਬੀਜ਼ ਕੀ ਆ, ਹੈ ਨਾ, ਅਤੇ ਪਲੇਇੰਗ ਐਂਡ ਵਾਚਿੰਗ ਕ੍ਰਿਕਟ ਆ, ਅਤੇ ਰਾਈਟਿੰਗ ਪੰਜਾਬੀ ਸੌਂਗ, ਕਲਾਕਾਰ ਬਾਈ, ਅਤੇ ਇੱਦਾਂ ਦੀਆਂ ਚੀਜ਼ਾਂ ਵਾ। ਨਾ ਤਾਂ ਉੱਥੇ ਯਾਰ ਕਿਸੇ ਨੇ ਸੌਂਗ ਲਿਖਾਉਣੇ, ਮਨ ਹੀ ਨਹੀਂ ਤੇਰੇ ਕੋਲ, ਹੈਂ, ਨਾ ਤਾਂ ਉਹਨੇ ਕ੍ਰਿਕਟ ਖੇਡਣੀ, ਕ੍ਰਿਕਟ ਤਾਂ ਤੈਨੂੰ ਆਉਣੀ ਨਹੀਂ, ਕ੍ਰਿਕਟ ਦਾ ਸੁਪਨਾ ਹੀ ਭੁੱਲ ਜਾਣਾ। ਠੀਕ ਆ, ਅਤੇ ਦੇਖਣ ਦਾ ਵੀ ਟਾਈਮ ਬਹੁਤ ਘੱਟ ਮਿਲਦਾ ਵਾ, ਸੋ ਇਹ ਚੀਜ਼ਾਂ ਤਾਂ ਹੈ ਨਹੀਂ। ਹਿੰਦੀ ਪੰਜਾਬੀ ਤਾਂ ਉਹ ਆਪਣੇ ਬੰਦਿਆਂ ਨਾਲ ਤੂੰ ਬੋਲ ਸਕਦਾ, ਇੰਗਲਿਸ਼ ਬਹੁਤ ਘੱਟ ਰਵਾਨੀਆਂ ਨਾਲ ਜਿਹੜੇ ਆਉਂਦੇ ਆ, ਜਿਨ੍ਹਾਂ ਨੂੰ ਆਉਂਦੀ ਬੋਲੀ ਉਹਨਾਂ ਨਾਲ ਬੋਲ ਸਕਦੇ ਹਾਂ। ਆਹ ਤਾਂ ਤੇਰੀਆਂ ਹੋ ਗਈਆਂ ਸਾਰੀਆਂ ਸੈਲਰੀ, ਆ ਤੈਨੂੰ ਦੱਸਿਆ ਨਹੀਂ ਉਹਨੇ ਕੁਛ, ਹੈ ਨਾ, ਸੈਲਰੀ ਤਾਂ ਲਿਖਿਆ ਹੀ ਨਹੀਂ ਕੁਛ ਵੀ ਕਿੰਨੀ ਲੱਗਣੀ, 500, 600, 700 ਕਿੰਨੀ ਲੱਗਣੀ, ਨਾ ਹੀ ਤੂੰ ਪੁੱਛਿਆ, ਹੈ ਨਾ। ਤੂੰ ਤਿੰਨ ਦਿਨ ਹੀ ਬੜੀ ਖੁਸ਼ੀ ਆ ਕਿ ਮੈਂ ਰਵਾਨੀਆਂ ਜਾ ਰਿਹਾ, ਕੰਮ ਕੋਈ ਹੈ ਨਹੀਂ, ਤੇਰਾ ਐਕਸਪੀਰੀਅੰਸ ਦਿਖਾਇਆ ਉਹਨੇ, ਨਾ ਤੇਰਾ ਦਿਮਾਗ ਕੰਮ ਕੀਤਾ ਅਤੇ ਨਾ ਉਹਦਾ ਹੀ ਕੀਤਾ, ਉਹਦਾ ਤਾਂ ਕੀ ਕਰਨਾ, ਉਹਦਾ ਕੀਤਾ ਵੀ ਹੋਊ, ਪਰ ਉਹ ਏਜੰਟਾਂ ਦਾ ਕੰਮ ਹੀ ਇਹ ਹੁੰਦਾ, ਐਕਸਪੀਰੀਅੰਸ ਦਿਖਾਇਆ 4 ਸਾਲ ਦਾ ਹੈਲਪਰ, 4 ਸਾਲ ਹੈਲਪਰ ਦਾ ਐਕਸਪੀਰੀਅੰਸ ਆ ਤੇਰਾ, ਹੁਣ ਕਾਹਦਾ ਹੈਲਪਰ, ਕਿਚਨ ਦਾ। ਸੋ ਕਿਚਨ ਦਾ ਯਾਰ ਕਾਹਦਾ ਹੈਲਪਰ ਹੁੰਦਾ ਯਾਰ, ਕੋਈ ਏਜੰਟਾਂ ਨੂੰ ਯਾਰ ਬੇਨਤੀ ਆ ਕਿ ਜੇ ਬੰਦਿਆਂ ਨੂੰ, ਹੈ ਨਾ, ਨਵਿਆਂ ਨਹੀਂ ਪਤਾ ਹੈਗਾ, ਥੋੜ੍ਹਾ ਜਿਹਾ ਬਹੁਤੀ ਆਪ ਹੀ ਸ਼ਰਮ ਕਰ ਲਿਆ ਕਰੋ ਵੀ ਤੁਸੀਂ ਪੈਸੇ ਲੈਣੇ ਅਗਲੇ ਕੋਲ, ਹੈ ਨਾ, ਵੀ ਪੈਸੇ ਫੜਨ ਲੱਗੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਅਸੀਂ ਬੰਦੇ ਨੂੰ ਕਿੱਥੇ ਧੱਕਣ ਲੱਗੇ, ਹੈ ਨਾ, ਵੀ ਕੀ ਬੰਦੇ ਦੀ ਜੱਖਣਾ ਪੱਟਣ ਲੱਗੇ ਹਾਂ ਅਸੀਂ। ਸੋ ਥੋੜ੍ਹੀ ਬਹੁਤੀ ਏਜੰਟਾਂ ਨੂੰ ਬੇਨਤੀ ਆ ਕਿ ਜਿਹੜੇ ਚੰਗੇ ਹੈਗੇ ਉਹ ਚੰਗੇ ਹੈਗੇ, ਕੁਝ ਵਧੀਆ ਬੰਦੇ ਵੀ ਹੈਗੇ, ਹੈ ਨਾ, ਅਤੇ ਕੁਝ ਜਿਹੜੇ ਬੇਸ਼ਰਮ ਆ ਵੀ ਥੋੜ੍ਹੀ ਜਿਹੀ ਸ਼ਰਮ ਕਰ ਲਿਆ ਕਰੋ ਬੰਦੇ ਨੂੰ ਫਸਾਉਣ ਨੂੰ, ਜਾਂ ਕਿੱਦਾਂ ਵੀ ਤੁਸੀਂ ਹੈਲਪਰ ਦੇ ਵਿੱਚ ਕਾਹਦੇ ਹੈਲਪਰ 'ਚ ਨੂੰ ਪਾਉਣ ਲੱਗੇ, ਹੈਲਪਰ 'ਚ ਪਾਉਣ ਲੱਗੇ ਆ। ਵੈਸ਼ਨੂੰ ਢਾਬੇ ਦੇ ਵਿੱਚ ਹੈਲਪਰ ਆ 4 ਸਾਲ ਦਾ ਬਾਈ, ਠੀਕ ਆ, 4 ਸਾਲ ਦਾ ਐਕਸਪੀਰੀਅੰਸ ਲਿਖਤਾ, ਅਤੇ ਉਹਦੇ 'ਚ 2 ਸਾਲ ਦਾ ਵੈਸ਼ਨੂੰ ਢਾਬੇ ਦੇ ਵਿੱਚ ਹੈਲਪਰ ਦਾ ਲਿਖ ਦਿੱਤਾ, ਅਤੇ 2 ਸਾਲ ਜਿਹੜਾ ਸਟੋਰ ਕੀਪਰ ਦੇ ਵਿੱਚ ਲਿਖਤਾ ਸੁਪਰ ਮਾਰਕੀਟ ਦੇ ਵਿੱਚ। ਇਹ ਰਿਜ਼ਿਊਮ ਬਣਾ ਦਿੱਤਾ ਯਾਰ, ਥੋੜ੍ਹਾ ਬਹੁਤਾ ਤੁਸੀਂ ਆਪ ਹੀ ਸੰਗ ਕਰ ਲਓ ਕਿ ਜੇ ਤੁਸੀਂ ਨਵੇਂ ਬੰਦੇ ਨੂੰ, ਹੈ ਨਾ, ਉਹਨੂੰ ਨਹੀਂ ਪਤਾ ਹੈਗਾ, ਤੁਸੀਂ ਉਹਨੂੰ ਭੇਜਣ ਲੱਗੇ ਆ, ਕਮ ਸੇ ਕਮ ਉਹਨੂੰ ਕੋਈ ਇੱਦਾਂ ਦੇ ਕੰਮ ਦੇ ਵਿੱਚ ਭੇਜੋ ਕਿ ਕੱਲ੍ਹ ਨੂੰ ਉਹ ਕੰਮ ਕਰ ਸਕੇ ਜਾਂ ਉਹਨੂੰ ਕੋਈ ਕੰਮ ਸਿੱਖ ਸਕੇ। ਹੁਣ ਆਹ ਜਿਹੜਾ ਤੁਸੀਂ ਰਿਜ਼ਿਊਮ ਬਣਾਇਆ ਇਹਦੇ ਵਿੱਚ ਤੁਸੀਂ ਉਹਨੂੰ ਭੇਜਣ ਨਹੀਂ ਲੱਗੇ, ਤੁਸੀਂ ਸਭ ਨੂੰ ਗੰਦਾ ਕੰਮ ਲੱਭ ਕੇ ਉਹਦੇ ਵਿੱਚ ਇਸ ਬੰਦੇ ਨੂੰ ਭੇਜਣਾ ਵਾ, ਠੀਕ ਆ, ਬਾਅਦ 'ਚ ਉੱਥੇ ਜਾ ਕੇ ਇਹਨੇ ਫਿੜਿੰਗਣਾ ਵਾ, ਤੁਹਾਨੂੰ ਗਾਲਾਂ ਕੱਢਣੀਆਂ ਵਾ,
ਫਿਰ ਹੋਰ ਦੂਜੇ ਤੀਜੇ ਪਾਸੇ ਫੋਨ ਲਾਊਗਾ ਜਾਂ ਕਿਉਂ ਕਰੂਗਾ, ਜਾਂ ਬਾਅਦ ਵਿੱਚ ਲਾਸਟ 'ਤੇ ਮੈਨੂੰ ਲਾਉਂਦੇ ਆ ਫੋਨ ਕਿ ਹਾਂਜੀ ਦੱਸੋ ਕੀ ਕਰੀਏ। ਸੋ ਇੱਦਾਂ ਦੇ ਜਿਹੜੇ ਚੱਕਰ ਆ, ਪਲੀਜ਼ ਜਿਹੜੇ ਜੰਟਾਂ ਨੂੰ ਬੇਨਤੀ ਆ ਜਿਹੜੇ ਹੈ ਨਾ ਇੱਦਾਂ ਦੇ ਜੰਟ ਆ, ਥੋੜ੍ਹੀ ਬਹੁਤ ਯਾਰ ਸ਼ਰਮ ਕਰ ਲਿਆ ਕਰੋ ਤੁਸੀਂ, ਤੁਸੀਂ ਪੈਸੇ ਲੈਣੇ ਆ ਠੀਕ ਆ। ਬਾਕੀ ਮੈਂ ਸਿੱਧਾ ਹੀ ਬੋਲਦਾ ਹੁੰਦਾ, ਮੈਨੂੰ ਕੋਈ ਕਿਸੇ ਦਾ ਡਰ ਨਹੀਂ ਹੈਗਾ ਹੈ ਨਾ। ਕਮ ਸੇ ਕਮ ਜਿਹੜੇ ਪੈਸੇ ਲੈਂਦੇ ਆ ਤੁਸੀਂ ਇਸ ਹਿਸਾਬ ਨਾਲ ਤਾਂ ਲੈ ਲਿਆ ਕਰੋ ਕਿ ਇਹ ਪੈਸੇ ਤੁਸੀਂ ਕੱਲ੍ਹ ਨੂੰ ਕਿਤੇ ਲਾਉਣੇ ਆ ਹੈ ਨਾ, ਵੀ ਇੱਕ ਪੈਸੇ ਹੱਕ ਦੇ ਤਾਂ ਹੋਣ, ਵੀ ਕਿਸੇ ਨੂੰ, ਕਿਸੇ ਨਿਆਣੇ ਨੂੰ, ਕਿਸੇ ਬੰਦੇ ਨੂੰ ਤੁਸੀਂ ਕੰਮ 'ਤੇ ਤਾਂ ਲਾਓ ਯਾਰ, ਚੰਗੇ ਕੰਮ 'ਤੇ ਤਾਂ ਲਾਓ। ਸੋ ਇਸ ਕਰਕੇ ਥੋੜ੍ਹਾ ਜਿਹਾ ਤਰਸ ਕਰ ਲਿਆ ਕਰੋ ਯਾਰ ਬੰਦਿਆਂ ਦੇ, ਦੇਖ ਕੇ ਥੋੜ੍ਹਾ ਜਿਹਾ ਕਰਿਆ ਕਰੋ। ਸੋ ਇਹ ਸੀਗੀ ਅੱਜ ਦੀ ਜਿਹੜੀ ਵੀਡੀਓ, ਅਤੇ ਜੇ ਚੰਗੀ ਲੱਗੀ ਆ ਲਾਈਕ ਤਾਂ ਸ਼ੇਅਰ ਜ਼ਰੂਰ ਕਰਿਓ। ਸੋ ਧੰਨਵਾਦ ਜੀ ਸਾਰਿਆਂ ਦਾ।